ਅਤੇ ਸੰਘਰਸ਼ ਕਰ ਰਹੀ ਹੈ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਅਤੇ ਮੈਂ ਸਰਕਾਰ ਨੂੰ ਇਹੀ ਬੇਨਤੀ ਕਰਦਾ ਵੀ ਜਿਹੜੇ ਬਾਕੀ ਸਿੰਘ ਹੈ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹੈ ਉਹਨਾਂ ਨੂੰ ਵੀ ਛੇਤੀ ਹੀ ਉਹ ਰਿਹਾਅ ਕਰਨ, ਰਾਹਤ ਦੇਣ। ਇਹ ਸਾਰੀਆਂ ਬੇਨਤੀਆਂ ਮੈਂ ਅੱਜ ਕਰਦਾ। ਅੱਜ ਰੈਗੂਲਰ ਜ਼ਮਾਨਤ ਜਦੋਂ ਹੋਈ ਹੈ ਜੀ, ਜਦੋਂ ਜੇਲ੍ਹ ਤੋਂ ਬਾਹਰ ਆਏ ਹੋ, ਸਾਹਮਣੇ ਮਾਤਾ ਨੂੰ ਮਿਲੇ ਹੋ, ਤੁਹਾਨੂੰ ਮਿਲਣ ਦੇ ਲਈ ਹੋਰ ਲੋਕ ਇੱਥੇ ਆਏ ਨੇ, ਸਭ ਤੋਂ ਪਹਿਲਾਂ ਜ਼ਹਿਨ ਦੇ ਵਿੱਚ ਕੀ ਚੱਲ ਰਿਹਾ, ਕੀ ਕੁਝ ਮਨ ਦੇ ਵਿੱਚ ਆ ਰਿਹਾ? ਵਧੀਆ ਲੱਗਿਆ ਜੀ, ਇੰਨੇ ਸੰਗਤ ਸਾਡੇ ਨਾਲ ਹੈ, ਅਸੀਂ ਚੜ੍ਹਦੀ ਕਲਾ ਹੈ ਨਾ, ਸੰਗਤ ਦਾ ਸਹਿਯੋਗ ਵਧੀਆ ਲੱਗਦਾ। ਜਦੋਂ ਪੈਰੋਲ 'ਤੇ ਪਹਿਲਾਂ ਆਉਂਦੇ ਸੀ ਤਾਂ ਉਦੋਂ ਕਿਤੇ ਨਾ ਕਿਤੇ ਜ਼ਹਿਨ 'ਚ ਇਹ ਵੀ ਰਹਿੰਦਾ ਸੀ, ਦਿਨ ਵੀ ਗਿਣੇ ਜਾਂਦੇ ਸੀ ਕਿ ਇੱਕ ਗਿਆ, ਦੋ ਗਏ, ਪਰ ਹੁਣ ਰੈਗੂਲਰ ਜ਼ਮਾਨਤ ਹੋਈ ਹੈ। ਹਾਂਜੀ ਹਾਂ, ਇਹ ਫਰਕ ਤਾਂ ਹੈਗਾ। ਜਦੋਂ ਪਿਛਲੀ ਵਾਰ ਇੱਕ ਤਕਨੀਕੀ ਕਮੀ ਦੇ ਚੱਲਦਿਆਂ ਜਦੋਂ ਤੁਹਾਨੂੰ ਦੁਬਾਰਾ ਅੰਦਰ ਜਾਣਾ ਪਿਆ, ਉਸ ਵੇਲੇ ਆਖਿਰ ਕੀ ਹੋਇਆ ਸੀ? ਕੁਛ ਨਹੀਂ ਜੀ, ਬਸ ਦਾਣੇ ਪਾਣੀ ਦੇ ਖੇਡਾਂ, ਜਦੋਂ ਅੰਦਰ ਹੁੰਦਾ ਅੰਦਰ ਖਾੜੀ, ਬਾਹਰ ਹੁੰਦਾ ਬਾਹਰ ਖਾਣਾ। ਬਾਕੀ ਧੰਨਵਾਦ ਜੀ ਜੀ। ਮੈਂ ਸਰਕਾਰ ਅਪੀਲ ਕਰਦਾ ਕਿ ਬਾਕੀ ਸਿੰਘਾਂ ਨੂੰ ਵੀ ਛੇਤੀ ਹੀ ਰਿਹਾਅ ਕੀਤਾ ਜਾਵੇ। ਸੰਘਰਸ਼ ਕਰ ਰਹੀ ਹੈ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਅਤੇ ਮੈਂ ਸਰਕਾਰ ਨੂੰ ਇਹੀ ਬੇਨਤੀ ਕਰਦਾ ਵੀ ਜਿਹੜੇ ਬਾਕੀ ਸਿੰਘ ਹੈ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹੈ ਉਹਨਾਂ ਨੂੰ ਵੀ ਛੇਤੀ ਹੀ ਉਹ ਰਿਹਾਅ ਕਰਨ, ਰਾਹਤ ਦੇਣ। ਇਹ ਸਾਰੀਆਂ ਬੇਨਤੀਆਂ ਮੈਂ ਅੱਜ ਕਰਦਾ। ਅੱਜ ਰੈਗੂਲਰ ਜ਼ਮਾਨਤ ਜਦੋਂ ਹੋਈ ਹੈ ਜੀ, ਜਦੋਂ ਜੇਲ੍ਹ ਤੋਂ ਬਾਹਰ ਆਏ ਹੋ, ਸਾਹਮਣੇ ਮਾਤਾ ਨੂੰ ਮਿਲੇ ਹੋ, ਤੁਹਾਨੂੰ ਮਿਲਣ ਦੇ ਲਈ ਹੋਰ ਲੋਕ ਇੱਥੇ ਆਏ ਨੇ, ਸਭ ਤੋਂ ਪਹਿਲਾਂ ਜ਼ਹਿਨ ਦੇ ਵਿੱਚ ਕੀ ਚੱਲ ਰਿਹਾ, ਕੀ ਕੁਝ ਮਨ ਦੇ ਵਿੱਚ ਆ ਰਿਹਾ? ਵਧੀਆ ਲੱਗਿਆ ਜੀ, ਇੰਨੇ ਸੰਗਤ ਸਾਡੇ ਨਾਲ ਹੈ, ਅਸੀਂ ਚੜ੍ਹਦੀ ਕਲਾ ਹੈ ਨਾ, ਸੰਗਤ ਦਾ ਸਹਿਯੋਗ ਵਧੀਆ ਲੱਗਦਾ। ਜਦੋਂ ਪੈਰੋਲ 'ਤੇ ਪਹਿਲਾਂ ਆਉਂਦੇ ਸੀ ਤਾਂ ਉਦੋਂ ਕਿਤੇ ਨਾ ਕਿਤੇ ਜ਼ਹਿਨ 'ਚ ਇਹ ਵੀ ਰਹਿੰਦਾ ਸੀ, ਦਿਨ ਵੀ ਗਿਣੇ ਜਾਂਦੇ ਸੀ ਕਿ ਇੱਕ ਗਿਆ, ਦੋ ਗਏ, ਪਰ ਹੁਣ ਰੈਗੂਲਰ ਜ਼ਮਾਨਤ ਹੋਈ ਹੈ। ਹਾਂਜੀ ਹਾਂ, ਇਹ ਫਰਕ ਤਾਂ ਹੈਗਾ। ਜਦੋਂ ਪਿਛਲੀ ਵਾਰ ਇੱਕ ਤਕਨੀਕੀ ਕਮੀ ਦੇ ਚੱਲਦਿਆਂ ਜਦੋਂ ਤੁਹਾਨੂੰ ਦੁਬਾਰਾ ਅੰਦਰ ਜਾਣਾ ਪਿਆ, ਉਸ ਵੇਲੇ ਆਖਿਰ ਕੀ ਹੋਇਆ ਸੀ? ਕੁਛ ਨਹੀਂ ਜੀ, ਬਸ ਦਾਣੇ ਪਾਣੀ ਦੇ ਖੇਡਾਂ, ਜਦੋਂ ਅੰਦਰ ਹੁੰਦਾ ਅੰਦਰ ਖਾੜੀ, ਬਾਹਰ ਹੁੰਦਾ ਬਾਹਰ ਖਾਣਾ। ਬਾਕੀ ਧੰਨਵਾਦ ਜੀ ਜੀ। ਅੱਗੇ ਕੀ ਪ੍ਰੋਗਰਾਮ ਰਹਿਣਗੇ? ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਪਿਓਰਾ, ਅਰਿੰਦਰ ਨੇ, ਉਹਨਾਂ ਸਾਰਿਆਂ ਨੇ ਵੀ ਸਾਰੀ ਸੰਗਤ ਨੂੰ ਫਤਿਹ ਬੁਲਾਈ ਹੈ ਜੀ। ਵਾਹਿਗੁਰੂ ਜੀ ਫਤਿਹ। ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਬਾਕੀ ਸਿੰਘਾਂ ਨੂੰ ਵੀ ਛੇਤੀ ਹੀ ਰਿਹਾਅ ਕੀਤਾ ਜਾਵੇ। ਸੰਘਰਸ਼ ਕਰ ਰਹੀ ਹੈ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਅਤੇ ਮੈਂ ਸਰਕਾਰ ਨੂੰ ਇਹੀ ਬੇਨਤੀ ਕਰਦਾ ਵੀ ਜਿਹੜੇ ਬਾਕੀ ਸਿੰਘ ਹੈ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹੈ ਉਹਨਾਂ ਨੂੰ ਵੀ ਛੇਤੀ ਹੀ ਉਹ ਰਿਹਾਅ ਕਰਨ, ਰਾਹਤ ਦੇਣ। ਇਹ ਸਾਰੀਆਂ ਬੇਨਤੀਆਂ ਮੈਂ ਅੱਜ ਕਰਦਾ। ਅੱਜ ਰੈਗੂਲਰ ਜ਼ਮਾਨਤ ਜਦੋਂ ਹੋਈ ਹੈ ਜੀ, ਜਦੋਂ ਜੇਲ੍ਹ ਤੋਂ ਬਾਹਰ ਆਏ ਹੋ, ਸਾਹਮਣੇ ਮਾਤਾ ਨੂੰ ਮਿਲੇ ਹੋ, ਤੁਹਾਨੂੰ ਮਿਲਣ ਦੇ ਲਈ ਹੋਰ ਲੋਕ ਇੱਥੇ ਆਏ ਨੇ, ਸਭ ਤੋਂ ਪਹਿਲਾਂ ਜ਼ਹਿਨ ਦੇ ਵਿੱਚ ਕੀ ਚੱਲ ਰਿਹਾ, ਕੀ ਕੁਝ ਮਨ ਦੇ ਵਿੱਚ ਆ ਰਿਹਾ? ਵਧੀਆ ਲੱਗਿਆ ਜੀ, ਇੰਨੇ ਸੰਗਤ ਸਾਡੇ ਨਾਲ ਹੈ, ਅਸੀਂ ਚੜ੍ਹਦੀ ਕਲਾ ਹੈ ਨਾ, ਸੰਗਤ ਦਾ ਸਹਿਯੋਗ ਵਧੀਆ ਲੱਗਦਾ। ਜਦੋਂ ਪੈਰੋਲ 'ਤੇ ਪਹਿਲਾਂ ਆਉਂਦੇ ਸੀ ਤਾਂ ਉਦੋਂ ਕਿਤੇ ਨਾ ਕਿਤੇ ਜ਼ਹਿਨ 'ਚ ਇਹ ਵੀ ਰਹਿੰਦਾ ਸੀ, ਦਿਨ ਵੀ ਗਿਣੇ ਜਾਂਦੇ ਸੀ ਕਿ ਇੱਕ ਗਿਆ, ਦੋ ਗਏ, ਪਰ ਹੁਣ ਰੈਗੂਲਰ ਜ਼ਮਾਨਤ ਹੋਈ ਹੈ। ਹਾਂਜੀ ਹਾਂ, ਇਹ ਫਰਕ ਤਾਂ ਹੈਗਾ। ਜਦੋਂ ਪਿਛਲੀ ਵਾਰ ਇੱਕ ਤਕਨੀਕੀ ਕਮੀ ਦੇ ਚੱਲਦਿਆਂ ਜਦੋਂ ਤੁਹਾਨੂੰ ਦੁਬਾਰਾ ਅੰਦਰ ਜਾਣਾ ਪਿਆ, ਉਸ ਵੇਲੇ ਆਖਿਰ ਕੀ ਹੋਇਆ ਸੀ? ਕੁਛ ਨਹੀਂ ਜੀ, ਬਸ ਦਾਣੇ ਪਾਣੀ ਦੇ ਖੇਡਾਂ, ਜਦੋਂ ਅੰਦਰ ਹੁੰਦਾ ਅੰਦਰ ਖਾੜੀ, ਬਾਹਰ ਹੁੰਦਾ ਬਾਹਰ ਖਾਣਾ। ਬਾਕੀ ਧੰਨਵਾਦ ਜੀ ਜੀ। ਅੱਗੇ ਕੀ ਪ੍ਰੋਗਰਾਮ ਰਹਿਣਗੇ? ਕੀ ਗੱਲਬਾਤ
ਕਰਕੇ ਆਏ ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਅਰਿੰਦਰ ਨੇ, ਉਹਨਾਂ ਸਾਰਿਆਂ ਨੇ ਵੀ ਸਾਰੀ ਸੰਗਤ ਨੂੰ ਫਤਿਹ ਬੁਲਾਈ ਹੈ ਜੀ। ਵਾਹਿਗੁਰੂ। ਤੇ ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਬਾਕੀ ਸਿੰਘਾਂ ਨੂੰ ਵੀ ਛੇਤੀ ਹੀ ਰਿਹਾ ਕੀਤਾ।